ਯੋਧਿਆਂ ਨੂੰ ਕਦੇ ਹੁੰਦਾ ਕਿਸੇ ਦਾ ਨਹੀਂ ਡਰ ਜੀ, ਰਣਜੀਤ ਸਿੰਘ ਦਾ ਕਾਫਲਾ ਦੇਖ ਕੇ ਤੁਹਾਡੇ ਅੰਦਰ ਵੀ ਜੋਸ਼ ਜਾਏਗਾ ਭਰ ਜੀ। ਬੀਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ, ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ ਸੂਰੀ। ਅਗਰ ਕੋਈ ਟੈਕਨੀਕਲ ਪ੍ਰੋਬਲਮ ਆਈ ਤਾਂ ਜ਼ਰੂਰ ਮੈਸੇਜ ਕਰਕੇ ਦੱਸ ਦਿਓ। ਇਸ ਸਮੇਂ ਰਣਜੀਤ ਸਿੰਘ ਦੇ ਪਿੰਡ ਦੇ ਬਿਲਕੁਲ ਬਾਹਰ ਖੜ੍ਹੇ ਹਾਂ ਔਰ ਪਿੰਡ ਵੱਲ ਨੂੰ ਵੱਧਦੇ ਜਾ ਰਹੇ ਹਾਂ ਔਰ ਆਹ ਨੌ ਬੱਚੇ ਜਿਹੜੇ ਨੇ ਇਹਨਾਂ ਦੇ ਅੰਦਰ ਜੋਸ਼ ਦੇਖੋ ਔਰ ਇਹ ਪਿੱਛੇ ਪਿੱਛੇ ਕਾਫਲੇ 'ਤੇ ਜਾ ਰਹੇ ਨੇ। ਮੇਰਾ ਖਿਆਲ 1 ਕਿਲੋਮੀਟਰ ਤੱਕ ਦਾ ਇਹ ਕਾਫਲਾ, ਮੈਂ ਇਹਨਾਂ ਬੱਚਿਆਂ ਨਾਲ ਤੁਹਾਡੀ ਗੱਲਬਾਤ ਕਰਾਉਣ ਦੀ ਕੋਸ਼ਿਸ਼ ਕਰਾਂਗਾ। ਪੁੱਤਰ ਕੀ ਨਾਮ ਹੈ ਤੁਹਾਡਾ? ਅਮਰਿਤ ਸਿੰਘ ਜੀ। ਰਣਜੀਤ ਦੇ ਪਿੰਡ ਦੇ ਹੋ ਤੁਸੀਂ? ਹਾਂਜੀ। ਪਿੱਛੇ ਪਿੱਛੇ ਜਾਂਦੇ ਪਏ ਹੋ? ਹਾਂਜੀ ਹਾਂਜੀ। ਮਾਣ ਵਾਲੀ ਗੱਲ ਆ? ਹਾਂਜੀ, ਬਹੁਤ ਮਾਣ ਵਾਲੀ ਗੱਲ ਆ ਜੀ। ਕੀ ਕਹਿਣਾ ਕੀ ਆ? ਸਾਨੂੰ ਆਪਣੇ ਵੀਰ ਤੇ ਮਾਣ ਹੈ ਜੀ, ਕਿਸਾਨ ਮਨਜੂਰ ਏਕਤਾ ਜਿੰਦਾਬਾਦ ਤੇ ਜੀ, ਬਹੁਤ ਖੁਸ਼ ਹਾਂ ਅਸੀਂ। ਹਾਂਜੀ ਜੀ, ਮੈਨੂੰ ਬੜਾ ਚੰਗਾ ਲੱਗਾ ਤੁਸੀਂ ਸਾਈਕਲ ਦੇ ਪਿੱਛੇ ਪਿੱਛੇ ਕਾਫਲੇ ਤੇ ਚੱਲਦੇ ਪਏ ਹੋ। ਹਾਂਜੀ ਹਾਂਜੀ ਜੀ। ਔਰ ਇਹ ਆਪਣੇ ਆਪ ਜੀ ਰਣਜੀਤ ਸਿੰਘ ਦੀ ਸ਼ਲਾਘਾ ਕਰ ਰਹੇ ਹੋ? ਹਾਂਜੀ ਹਾਂਜੀ ਜੀ, ਬਹੁਤ ਖੁਸ਼ ਹਾਂ ਅਸੀਂ ਪਿੰਡ ਵਾਸੀ ਤੇ ਜੀ, ਬਹੁਤ ਬਹੁਤ ਧੰਨਵਾਦ ਤੇ ਬੰਗਲਾ ਸਾਹਿਬ ਦੀ ਟੀਮ ਦਾ ਤੇ ਜੀ, ਬਹੁਤ ਖੁਸ਼ ਹਾਂ ਅਸੀਂ। ਰਣਜੀਤ ਸਿੰਘ ਤੋਂ ਸਿੱਖਣ ਨੂੰ ਕੀ ਮਿਲਿਆ? ਇਹ ਸਿੱਖਣ ਨੂੰ ਮਿਲਿਆ ਵੀ ਆਪਣੀ ਜਿੱਤ ਨੂੰ ਹਮੇਸ਼ਾ ਬਰਕਰਾਰ ਰੱਖਣਾ ਚਾਹੀਦਾ ਹੈ ਜੀ, ਯੋਧੇ ਵਾਂਗ ਲੜਨਾ ਵੀ ਚਾਹੀਦਾ ਜੀ। ਮੋਰਲਾ ਛੋਟਾ ਵੀਰ ਕੀ ਕਹਿਣਾ ਚਾਹੁੰਦਾ? ਅਸੀਂ ਬਹੁਤ ਖੁਸ਼ ਹਾਂ ਆਪਣੇ ਭਾਈ ਰਣਜੀਤ ਸਿੰਘ ਨੂੰ ਦੇਖ ਕੇ, ਵਾਪਸ ਆਏ ਤਾਂ ਦੇਖ ਕੇ ਖੁਸ਼ੀ ਹੈ। ਹਾਂਜੀ ਹਾਂਜੀ, ਬਹੁਤ ਖੁਸ਼ੀ ਹੈ ਜੀ। ਚਲੋ ਠੀਕ ਹੈ, ਬਹੁਤ ਮਿਹਰਬਾਨੀ। ਥੈਂਕ ਯੂ ਜੀ, ਥੈਂਕ ਯੂ। ਸੋ ਤੁਸੀਂ ਸੁਣ ਲਿਆ ਕਿ ਛੋਟੇ ਵੀਰ, ਛੋਟੇ ਵੀਰਾਂ ਦੇ ਅੰਦਰ ਜਜ਼ਬੇ ਦੇਖ ਲਿਓ। ਕਹਿੰਦੇ ਨੇ ਬਹੁਤ ਖੁਸ਼ੀ ਹੈ ਕਿ ਸਾਡਾ ਵੱਡਾ ਵੀਰ ਰਣਜੀਤ ਸਿੰਘ ਵਾਪਸ ਆਇਆ, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਉਹਨਾਂ ਨੇ ਨਾਅਰੇ ਵੀ ਲਾਏ ਨੇ ਔਰ ਸਾਈਕਲ ਦੇ ਪਿੱਛੇ ਪਿੱਛੇ ਜਾ ਰਹੇ ਨੇ। ਮੈਂ ਜਿਵੇਂ ਪਹਿਲਾਂ ਦੱਸਿਆ ਕਾਫਲਾ, ਉਹ ਦੀਪ ਜੀ ਦਿਖਾਓ ਉੱਧਰ, ਉਹ ਕਾਫਲਾ ਦੇਖੋ, ਇੱਕ ਤਕਰੀਬਨ 1 ਕਿਲੋਮੀਟਰ ਦਾ ਕਾਫਲਾ ਹੈ ਔਰ ਹਰ ਇੱਕ ਬੰਦਾ ਚਾਹੁੰਦਾ ਕਿ ਮੈਂ ਰਣਜੀਤ ਨੂੰ ਦੇਖ ਲਵਾਂ, ਉਹਨੂੰ ਮਾਣ ਲਵਾਂ, ਸਾਡਾ ਭਰਾ ਸਾਡਾ ਯੋਧਾ ਵਾਪਸ ਆ। ਛੋਟੇ ਜਿਹੇ ਬੱਚੇ ਵੱਲ ਦੇਖੋ ਕਿਉਂਕਿ ਸੀਨੀਅਰ ਜਿਹੜੇ ਲੀਡਰਸ਼ਿਪ ਉਹਨੂੰ ਤਾਂ ਸਾਰਿਆਂ ਨੂੰ ਦਿਖਾ ਦੇਣਾ, ਇਹਨੇ ਇਹ ਅਣਗੌਲੇ ਰਹਿ ਜਾਂਦੇ ਆ। ਪੁੱਤਰ ਕੀ ਨਾਮ ਹੈ ਤੁਹਾਡਾ? ਅੰਸ਼ ਅੰਸ਼ ਥੋੜ੍ਹਾ ਦੱਸੋ, ਇਸ ਪਿੰਡ ਦੇ ਹੀ ਹੋ? ਹਾਂ। ਕਿੱਥੇ ਦੇ? ਉਸਮਾਨਪੁਰ ਦੇ ਹੋ? ਤੇ ਅੱਜ ਕਿਉਂ ਜਾ ਕਿਉਂ ਰਹੇ ਹੋ ਪਿੱਛੇ ਰਣਜੀਤ ਦੇ? ਚਲੋ ਤੁਸੀਂ ਦੇਖੋ, ਛੋਟਾ ਬੱਚਾ ਕਹਿੰਦਾ ਮੇਰਾ ਭਰਾ ਲੱਗਦਾ ਉਹ, ਇਹ ਜਿਹੜਾ ਜੋਸ਼ ਹੈ। ਪੁੱਤਰ ਤੁਹਾਡਾ ਨਾਂ ਕੀ ਹੈ? ਰਮਨਦੀਪ ਸਿੰਘ। ਰਮਨ, ਰਮਨ ਕੀ ਕਹਿਣਾ ਰਣਜੀਤ ਨੂੰ, ਅਗਰ ਕੋਈ ਸੁਨੇਹਾ ਦੇਣਾ ਤਾਂ ਕੀ ਦੇਣਾ? ਇਹ ਜਿੱਤ ਕੇ ਜਾਵੇ ਲੜਾਈ ਜੀ, ਜਿਹੜੇ ਵੀ ਆਏ ਆ ਫੇਰ ਚੱਲ ਜਾਵੇ, ਫੇਰ ਜਿੱਤੇ। ਅੱਛਾ, ਫੇਰ ਜਾਵੇ ਫੇਰ ਜਿੱਤੇ। ਤੁਸੀਂ ਇਸੇ ਪਿੰਡ ਦੇ ਹੋ? ਨਹੀਂ, ਉਸਮਾਨਪੁਰ। ਮਤਲਬ ਦੂਜੇ ਪਿੰਡ ਦੇ ਹੋ? ਹਾਂਜੀ। ਸਪੈਸ਼ਲ ਰਣਜੀਤ ਨੂੰ ਦੇਖਣ ਆਏ ਹੋ? ਹਾਂਜੀ। ਰਣਜੀਤ ਦੇ ਪਰਿਵਾਰ ਨੂੰ ਕੀ ਕਹਿਣਾ? ਹੌਸਲਾ ਬਰਕਰਾਰ ਰੱਖਣ। ਵਾਹ ਵਾਹ ਵਾਹ, ਛੋਟੇ ਵੀਰ ਦਾ ਪੁਆਇੰਟ ਆਫ ਵਿਊ ਦੇਖੋ, ਕਹਿੰਦੇ ਹੌਸਲਾ ਬਰਕਰਾਰ ਰੱਖੋ। ਦੀਪ ਜੀ ਉੱਧਰ ਕਾਫਲਾ ਦਿਖਾਓ, 1 ਕਿਲੋਮੀਟਰ ਤੋਂ ਵੱਡਾ ਕਾਫਲਾ। ਇਹ ਛੋਟੇ ਬੱਚੇ ਨੂੰ ਦਿਖਾਉਣ ਦਾ ਮੇਰਾ ਮਕਸਦ ਹੀ ਇਹੀ ਸੀ ਕਿ ਵੱਡੇ ਵੱਡੇ ਜਿਹੜੇ ਇਕੱਠ ਆ ਜਾਂ ਲੀਡਰ, ਉਹ ਤਾਂ ਤੁਹਾਨੂੰ ਦਿਖਾ ਦਿੱਤੇ ਜਾਂਦੇ ਨੇ, ਇਹ ਲੋਕ ਅਣਗੋਲੇ ਰਹਿ ਜਾਂਦੇ ਨੇ। ਇਸ ਪੁੱਤਰ ਦਾ ਵੀ ਨਾਮ ਪੁੱਛੋ। ਬੇਟੇ ਕੀ ਨਾਮ ਹੈ ਤੁਹਾਡਾ? ਸਾਡਾ ਨਾਮ ਦਿਲਪ੍ਰੀਤ ਸਿੰਘ ਆ। ਦਿਲਪ੍ਰੀਤ, ਤੁਸੀਂ ਅਸਮਾਨਪੁਰ ਦੇ ਹੋ? ਹਾਂਜੀ। ਕੀ ਤੁਸੀਂ ਸਾਰੇ ਯਾਰ ਦੋਸਤ ਸੋਚ ਲੈ ਕੇ ਕੀ ਚੱਲੇ ਹੋ? ਅਸੀਂ ਚਾਹੁੰਦੇ ਆ ਕਿ ਜਿਹੜੇ ਕਾਲੇ ਕਾਨੂੰਨ ਇਹਨਾਂ ਨੇ ਲਾਇਆ ਹੋਇਆ, ਜੇ ਰੱਦ ਕਰ ਦੇਵੇ ਪਿੱਛੇ ਕਾਲੇ ਕਾਨੂੰਨ ਰੱਦ ਕਰਨ। ਰਣਜੀਤ ਨੂੰ ਕੀ ਕਹਿਣਾ ਰਣਜੀਤ ਸਿੰਘ ਨੂੰ? ਅਸੀਂ ਕਹਿਣਾ ਜੀ, ਜਿੱਦਾਂ ਇਹ ਹੁਣ ਵੀ ਜੰਗ ਲੜ ਗਿਆ ਕਿਸਾਨ ਨਾਲ ਹੀ, ਉਹ ਫੇਰ ਲੜੇ ਦੁਆਰਾ, ਫੇਰ ਜਾ ਕੇ ਲੜੇ। ਹਾਂਜੀ। ਤੇ ਤੁਸੀਂ ਉਹਨੂੰ ਭਰਾ ਮੰਨਦੇ ਹੋ ਵੱਡਾ? ਹਾਂਜੀ। ਜਿਵੇਂ ਬਾਕੀਆਂ ਨੇ ਕਿਹਾ ਕਿ ਸਾਨੂੰ ਮਾਣ ਹੈ, ਸਾਡਾ ਵੱਡਾ ਭਰਾ ਹੈ। ਹਾਂਜੀ। ਚਲੋ ਬਹੁਤ ਸ਼ੁਕਰੀਆ ਛੋਟੇ ਵੀਰ। ਇਹ ਮੁੰਡਿਆਂ ਦੇ ਜਜ਼ਬੇ ਦੇਖ ਲਓ, ਉਮਰਾਂ ਛੋਟੀਆਂ ਨੇ ਪਰ ਸੁਣ ਕੇ ਬੜਾ ਮਾਣ ਮਹਿਸੂਸ ਹੋਇਆ। ਇਹ ਜਜ਼ਬਾ ਜਿਹੜਾ, ਇਹ ਜਿਹੜੀ ਊਰਜਾ, ਇਹ ਜਿਹੜਾ ਜੋਸ਼ ਆ, ਇਹ ਜਿਹੜਾ ਰਣਜੀਤ ਨੇ ਇਹਨਾਂ ਵਿੱਚ ਭਰ ਦਿੱਤਾ, ਉਹ ਪੈਸਿਆਂ ਨਾਲ ਜਾਂ ਪੋਲੀਟੀਕਲ ਪਾਰਟੀਆਂ ਦੇ ਨਾਲ ਨਹੀਂ ਭਰਿਆ ਜਾਂਦਾ। ਹਾਲਾਂਕਿ ਆਮ ਨੋਟ ਅਗੇਂਸਟ ਐਨੀ ਪੋਲੀਟੀਕਲ ਪਾਰਟੀ, ਪਰ ਫਿਰ ਵੀ ਰਣਜੀਤ ਨੇ ਰਣ ਜਿੱਤਿਆ, ਲੋਕਾਂ ਦੇ ਦਿਲ ਜਿੱਤੇ ਨੇ ਔਰ ਰਣਜੀਤ ਦੀ ਜਿਹੜੀ ਸੋਚ ਹੈ ਉਹਨੂੰ ਸਲਾਮ ਕਰਦਾ ਪੂਰਾ ਪੰਜਾਬ। ਵੱਡੀ ਗੱਲ ਇਹ ਵੀ ਹੈ, ਮਾਣ ਵਾਲੀ ਗੱਲ ਇਹ ਵੀ ਹੈ ਕਿ ਰਣਜੀਤ ਵੇਲੇ ਜਦੋਂ ਰਣਜੀਤ ਉੱਥੇ ਪਹੁੰਚਿਆ ਔਰ ਜਦੋਂ ਉੱਥੇ ਦੇ ਜਿਹੜੇ ਸੋ ਕਾਲਡ ਸਥਾਨਕ ਲੋਕ ਜਿਨ੍ਹਾਂ ਨੇ ਹਮਲਾ ਕਰ ਦਿੱਤਾ, ਬਦਸਲੂਕੀ ਕੀਤੀ, ਭੈਣਾਂ ਨਾਲ ਰਹਿਣ ਬਸੇਰੇ 'ਤੇ ਪਹੁੰਚ ਕੇ ਜਿਨ੍ਹਾਂ ਨੇ ਬਦਤਮੀਜ਼ੀ ਕਰਨ ਦੀ ਕੋਸ਼ਿਸ਼ ਕੀਤੀ, ਰਣਜੀਤ ਨੇ ਉਹਨਾਂ ਨੂੰ ਜਵਾਬ ਦਿੱਤਾ। ਵੱਡੀ ਗੱਲ ਇਹ ਆ ਜਾਂ ਮਹੱਤਵਪੂਰਨ ਗੱਲ ਇਹ ਆ ਦੋਸਤੋ ਕਿ ਫੈਸਲੇ ਲੈਣੇ ਬੜੇ ਔਖੇ ਹੁੰਦੇ ਨੇ। ਬੰਦਾ ਵਿਚਾਰ ਜਾਂਦਾ ਕਿ ਯਾਰ ਮੈਂ ਉਹਨਾਂ ਦੇ ਹੱਥ ਚੜ੍ਹ ਗਿਆ ਤਾਂ ਮੈਨੂੰ ਤੰਗ ਕਰਨਗੇ, ਵੱਖੋ ਵੱਖ ਹੱਥ ਕੰਡੇ ਲਾ ਕੇ ਮੈਨੂੰ ਤਿਹਾੜ ਜੇਲ੍ਹ 'ਚ ਨਾ ਸੁੱਟ ਦੇਣ। ਪਰ ਰਣਜੀਤ ਤਿਹਾੜ ਜੇਲ੍ਹ 'ਚ ਵੀ ਗਿਆ, ਰਣਜੀਤ ਨੇ ਉਹਨਾਂ ਦੀ ਤਸ਼ੱਦਦ ਵੀ ਸਹੀ ਹੈ, ਰਣਜੀਤ ਨਾਲ ਤ੍ਰਾਸਦੀ ਵੀ ਹੋਈ ਹੈ,
ਪਰ ਰਣਜੀਤ ਦਾ ਜੋਸ਼, ਰਣਜੀਤ ਦੀ ਜਿਹੜੀ ਊਰਜਾ, ਰਣਜੀਤ ਦੇ ਅੰਦਰ ਜਿਹੜੀ ਉਤਸ਼ਾਹ ਆ, ਉਹ ਜਦ ਤੁਸੀਂ ਦੇਖੋਗੇ ਤੁਹਾਨੂੰ ਪਤਾ